ਬਈ ਇਸ ਪੌਡਕਾਸਟ ਦੇ ਵਿੱਚ ਕਿੰਨਾ ਕੁਸ਼ਾ ਮੇਰੇ ਕੋਲ ਤੁਹਾਨੂੰ ਪੁੱਛਣ ਲਈ ਔਮਨ ਸਟੱਡੀਜ਼ ਵੀ ਸਬਜੈਕਟ ਹੁੰਦਾ ਡਿਗਰੀ ਹੁੰਦੀ ਮੈਨੂੰ ਨਹੀਂ ਪਤਾ ਸੀ ਇਸ ਕੋਰਸ ਬਾਰੇ ਇਹ ਮਨ ਕਿੱਦਾਂ ਬਣਿਆ ਪਹਿਲਾਂ ਕਰਨ ਦਾ ਬਸ ਪਤਾ ਕਿ ਮੇਰਾ ਥੋੜਾ ਜਿਹਾ ਇੰਟਰਸਟ ਰਹਿੰਦਾ ਸੀ ਸੋਸਾਇਟੀ ਵੱਲ ਸ਼ੁਰੂ ਚੇ ਮੇਰੇ ਫਾਦਰ ਬੜੇ ਉਹਨਾਂ ਨੇ ਚਾਰ ਪੋਸਟ ਵਗੈਰਾ ਡਿਗਰੀਆਂ ਉਹਨਾਂ ਕੋਲ ਚਾਰ ਪੋਸਟ ਗ੍ਰੈਜੂਏਸ਼ਨ ਹਾਂ ਤੇ ਉਹ ਵੀ ਬੜੇ ਪੜ੍ਹਾਈ 'ਚ ਬੜਾ ਇੰਟਰਸਟ ਹੁੰਦਾ ਸੀ ਮੈਨੂੰ ਕਹਿੰਦਾ ਸੀ ਤੂੰ ਐਲ ਐਲ ਵੀ ਕਰੂਗਾ ਮੈਂ ਵੀ ਤੇਰੇ ਨਾਲ ਕਰਦਾ ਤੇ ਮੈਂ ਕਹਿੰਦਾ ਨਹੀਂ ਨਹੀਂ ਐਵੇਂ ਚੰਗਾ ਨਹੀਂ ਲੱਗਦਾ ਤੁਸੀਂ ਬਾਅਦ ਚ ਕਰ ਲਿਓ ਫਿਰ ਤੇ ਬੁੱਤ ਇਕੱਠੇ ਇਕੱਠੇ ਜਾਣੇ ਜਾ ਰਹੇ ਨੇ ਫਿਰ ਈਵਨਿੰਗ ਬੰਦ ਹੋ ਗਈ ਈਵਨਿੰਗ ਐਲ ਐਲ ਬੀ ਬੰਦ ਹੋ ਗਈ ਉਹਨਾਂ ਨੇ ਬੜਾ ਇੰਟਰਸ ਦਿੱਤੇ ਉਹਨਾਂ ਨੇ ਹੋਇਆ ਨਹੀਂ ਸੀ ਕਿਉਂਕਿ ਨਾ ਫਿਰ ਉਹਨਾਂ ਦੇ ਪੁਰਾਣੇ ਟਾਈਮ ਸੀਗੇ ਤਾਂ ਉਸ ਪਹਿਲਾਂ ਪੜ੍ਹਾਈ ਛੁੱਟ ਗਈ ਉਹ ਟੱਚ ਨਹੀਂ ਬਣਿਆ ਫਿਰ ਮੈਂ ਪਹਿਲਾਂ ਐਲ ਐਲ ਬੀ ਕਰ ਲਈ ਉਹਨ ਇਵਨਿੰਗ ਖਤਮ ਹੋ ਗਈ ਈਵਨਿੰਗ ਐਲ ਐਲ ਬੀ ਹੁੰਦੀ ਸੀ ਫਿਰ ਮੈਂ ਬੜਾ ਇੰਟਰਸ ਸੀ ਸੁਸਾਇਟੀ ਵੱਲ ਫਿਰ ਮੈਂ ਕੀ ਕੀਤਾ ਪਹਿਲਾਂ ਮੈਂ ਊਮਨ ਸਟੱਡੀਜ਼ ਕੀਤੀ ਐਮ 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 ਸੋਸ਼ੀਓਲੋਜੀ ਕੀਤੀ ਫਿਰ ਐਮ ਊਮਨ ਸਟੱਡੀਜ਼ ਊ ਬਹੁਤ ਜ਼ਿਆਦਾ ਸਭ ਤੋਂ ਜ਼ਿਆਦਾ ਕੀ ਹੈ ਔਰਤ ਕੀ ਹੈ ਆਪਾਂ ਹਿਸਟਰੀ ਹੈ ਵਰਡ ਹਿਸਟਰੀ ਹਾਟ੍ਰਿਕ ਕਿਉਂ ਨਹੀਂ ਹੁੰਦਾ ਹਿਸਟਰੀ ਕਿਉਂ ਹੁੰਦਾ ਹੈ ਹੀਸ ਹੁੰਦਾ ਉਹਦੇ ਵਿੱਚ ਵੀ ਪਿਤਰ ਸੱਤਾ ਕਹਿੰਦੇ ਆ ਪੈਟਰੀਆਰਕੀ ਕਹਿੰਦੇ ਆ ਮਰਦ ਆਪਾਂ ਇੱਕ ਪਾਸੇ ਤਾਂ ਕਹਿੰਦੇ ਵੀ ਮੁੰਡੇ ਮੁੰਡੇ ਕੁੜੀਆਂ ਬਰਾਬਰ ਹੈ ਰਾਈਟ ਤਾਂ ਨਹੀਂ ਕੁੜੀਆਂ ਨੂੰ बराबर वोट ਵੀ ਜੇ ਪਿੰਡਾਂ ਦੇ ਵਿੱਚ ਆਪਾਂ ਤਾਂ ਸ਼ਹਿਰ ਕਹਿੰਦੇ ਆ ਆਪਾਂ ਚੰਡੀਗੜ੍ਹ ਦੇਖੀ ਆ ਸ਼ਹਿਰ ਦੇਖੀ ਲੁਧਿਆਣਾ ਲੁਧਿਆਣਾ ਮੈਂ ਪਹਿਲੀ ਵਾਰ ਦੇਖਿਆ ਮੈਨੂੰ ਚੰਡੀਗੜ੍ਹ ਤੇ ਮਤਲਬ ਕੋਈ ਟੱਕਰ ਦਾ ਕਹਿ ਦਈਏ ਟੱਕਰ ਤਾਂ ਚਲੋ ਚੰਡੀਗੜ੍ਹ ਦਾ ਮੁਕਾਬਲਾ ਨਹੀਂ ਉਹ ਤਾਂ ਇੱਕ ਨੰਬਰ ਤੇ ਜਿੱਥੇ ਮਰਜੀ ਜਾਇਆ ਉਹ ਚੰਡੀਗੜ੍ਹ ਵਰਗਾ ਸ਼ਹਿਰ ਸਫਾਈ ਬਹੁਤ ਹੈ ਚੰਡੀਗੜ੍ਹ ਸਫਾਈ ਵੀ ਬਹੁਤ ਹੈ ਸਾਫ਼ ਸੁਥਰਾ ਜਦਦੀ ਬੈਲਟ ਲੱਗ ਜਾਂਦੀ ਹੈ ਹੁਣ ਤਾਂ ਕੀ ਹੋ ਗਿਆ ਚੰਡੀਗੜ੍ਹ ਦੇ ਵਿੱਚ ਕੀ ਹੈ ਪ੍ਰੋਬਲਮ ਤੂੰ ਕਿਸੇ ਦਿਨ ਚੱਲਦੀ ਹੁਣ ਪਹਿਲਾਂ ਕਹਿੰਦੇ ਸੀ ਹਾਂਜੀ ਭਾਈ ਚਲਾਨ ਫੜ ਲਿਆ ਪੁਲਸ ਵਾਲੇ ਨੇ ਮੈਂ ਕਿਹਾ ਹੁਣ ਤਾਂ ਔਨਲਾਈਨ ਆ ਗਿਆ ਹੁ લા લે લે બટ મેક્સિમમ ਤਾਂ 60 ਤੋਂ સ્પીડ ગઈ ਤੇ ਤੁਹਾਡਾ ਚલાਨ ઓનલાઈન ਆ ਗਿਆ ਇਹ ਵਧੀਆ ਚੀਜ਼ ਹੈ ਬਹੁਤ ਵਧੀਆ ਮੈਂ ਕਹਿੰਦਾ ਬਹੁਤ ਵਧੀਆ ਹੁਣ ਸਾਨੂੰ ਵੀ ਡਰ ਲੱਗਾ ਮੇਰੇ ਆਪ ਪਹਿਰੇ ਮੇਰੀ ਆਪ ਗੱਡੀ ਟੋ ਹੋ ਗਈ ਸੀ ਸਾਡੇ ਲੁਧਿਆਣੇ ਚ ਵੀ ਹੋਣਾ ਚਾਹੀਦਾ ਇਹ ਹੋਣਾ ਚਾਹੀਦਾ ਚੰਡੀਗੜ੍ਹ ਤਾਂ ਸਾਡੇ ਵੀ ਚਲਾਣ ਹੋਏ ਨੇ ਬਾਈ ਹਰ ਕੋਈ ਨਹੀਂ ਚੰਡੀਗੜ੍ਹ ਦਾ ਜੱਦ ਦੇ ਚਲਾਣ ਹੋ ਜਾਂਦੇ ਆ ਅੱਛਾ ਜੀ ਉਹ ਚੰਡੀਗੜ੍ਹ ਫਿਰ ਚੰਡੀਗੜ੍ਹ ਇਹ ਚਟੇ ਕਰਦਾ ਕੌਣ ਹੈ ਬਾਈ ਇੰਨੀ ਸਟਿਕਨੈਸ ਹਾਲੇ ਕਿ ਪੰਜਾਬ ਨੂੰ ਪਤਾ ਵੀ ਕਿ ਚੰਡੀਗੜ੍ਹ ਇਹ ਹਾਲ ਹੈ ਤੇ ਪੰਜਾਬ ਚ ਕਿਉਂ ਇਹ ਚੀਜ਼ ਹੋ ਰਹੀ ਐਡਮਿਨਿਸਟ੍ਰੇਸ਼ਨ ਪਤਾ ਚੰਡੀਗੜ੍ਹ ਕੀ ਚੰਡੀਗੜ੍ਹ ਉ 6 ਲੱਖ 7 ਲੱਖ ਵੋਟ ਹੈ ਮੰਨ ਲਓ ਤੁਸੀਂ ਪੋਪੂਲੇਸ਼ਨ ਮੰਨ ਲਓ 15 ਲੱਖ 19 ਸਟੂਡੈਂਟ ਵਲਾ ਕੇ ਮੈਕਸਿਮਮ ਲਾ ਲਓ ਸਾਰਾ ਗੁਦਾਹਾਰਗੜ ਨਹੀਂ ਵੀ ਬਣੇ ਹੋਣੇ 15 ਤੋਂ 20 ਲੱਖ ਦੇ ਅਰਾਊਂਡ ਪੋਪੂਲੇਸ਼ਨ ਹੈ ਛੋਟਾ ਸਿਟੀ ਹੈ ਪਲਾਨਡ ਸਿਟੀ ਹੈ ਰੂਲਸ ਰੈਗੂਲੇਸ਼ਨ ਸੋਖੇ ਹਨ ਬਣਾਣੇ ਸੋਖੇ ਫਿਰ ਲੋਕ ਉਸ ਹਿਸਾਬ ਨਾਲ ਫੋਲੋ ਕਰਦੇ ਆ ਪੰਜਾਬ ਦੇ ਵਿੱਚ ਕੀ ਇਹ ਚੀਜ਼ ਨਹੀਂ ਹੋ ਸਕਦੀ ਕਿ ਇੱਥੇ ਕੀ ਹੈ ਦੱਸਾਂ ਤੈਨੂੰ ਉਧਰ ਕੀ ਐ ਵੀ ਨਹੀਂ ਕਹਿ ਸਕਦੇ ਆ ਦੱਸ ਇਧਰ ਕੀ ਲੁਧਿਆਣੇ ਤੁਸੀਂ ਕਿਸੇ ਮੰਨ ਲਓ ਚਲਾਨ ਘੱਟਤਾ ਉਹਨੇ ਕਹਣਾ ਤੇਰੀ ਟਰਾਂਸਫਰ ਕਰਾ ਦੂੰਗਾ ਹੋਰ ਬੰਦੇ ਦੀ ਜੇਬ ਚ ਕੋਈ ਨਾ ਹਾਂ ਉਹ ਬੰਦਾ ਚਾਚਾ ਐਮਐਲਏ ਆ ਮੇਰਾ ਤਾਇਆ ਐਮਸੀ ਐ ਉਹਨੇ ਕਿ ਉਧਰ ਹੁਸ਼ਿਆਰਪੁਰ ਤੋਂ ਲੈ ਕੇ ਜਲਾਲਾਬਾਦ ਬਾਰਡਰ ਤੇ ਟਰਾਂਸਫਰ ਕਰਨੀ ਹੈ ਚੰਡੀਗੜ੍ਹ ਕੀ ਹੈ ਗਿਆ ਸੈਕਟਰ 11 ਤੋਂ ਮਣੀ ਮਾਜਰਾ ਕਰਾ ਲਓ 12 ਕਿਲੋਮੀਟਰ ਹੀ ਹੈ ਨਾ ਪੂਲ ਸਾਰੇ ਡਰਦੇ ਔਰ ਕੀ ਕਰਾਲਣਾ ਹੋਣੀ ਕਿਉਂਕਿ ਸਿੱਧੀ ਸੈਂਟਰ ਤੋਂ ਚਲਦੀ ਐ ਐਸਐਸਪੀ ਵੀ ਸੈਂਟਰ ਤੋਂ ਡੀਸੀ ਵੀ ਸਭ ਕੋ ਸੈਂਟਰ ਤੋਂ ਤਾਂ ਇਸ ਤਰੀਕੇ ਨਾਲ ਚੰਡੀਗੜ੍ਹ ਸੱਤ ਹੈ ਡਰ ਨਹੀਂ ਐ ਤੁਸੀਂ ਡਰਾ ਨਹੀਂ ਸਕਦੇ ਕਿਸੇ ਨੂੰ ਇਹ ਨਹੀਂ ਕਹ ਸਕਦਾ ਤੇਰੀ ਟਰਾਂਸਫਰ ਕਰ ਇੱਕ ਟ੍ਰਾਂਸਫਰ ਦਾ ਹੀ ਡਰ ਹੁੰਦਾ ਬਈ ਪੁਲਿਸ ਮੁਲਾਜ਼ਮ ਨੂੰ ਹੋਰ ਤਾਂ ਸਸਪੈਂਡ ਤਾਂ ਕਰ ਨਹੀਂ ਸਕਦੇ ਹੋਰ ਇੰਨਾ ਕੁਝ ਨਹੀਂ ਇੰਨਾ ਜ਼ਿਆਦਾ ਨਹੀਂ ਹੋਰ ਸਸਪੈਂਡ ਕਰਾ ਨਹੀਂ ਸਕਦੇ ਕੋਈ ਐਵੇਂ ਤੇ ਬਹੁਤ ਕੇਸਿਸ ਪਹਿਲਾਂ ਹੁੰਦੀ ਸੀ ਉਹ ਪੋਲਿਟਿਕਸ ਪਰ ਟ੍ਰਾਂਸਫਰ ਨੂੰ ਵੀ ਲੈ ਕੇ ਪੁਲਿਸ ਵਾਲੇ ਇੰਨੇ ਕਿਉਂ ਸੀਰੀਅਸ ਰਹਿੰਦੇ ਨੇ ਕਰਦੇ ਤਾਂ ਕਰਦੇ ਕੋਈ ਬੰਦੇ ਕਹਿੰਦੇ ਮਨ ਲਓ ਰਾਜਸਥਾਨ ਹੈ ਅਸੀਂ ਰਾਜਸਥਾਨ ਚਲੇ ਗਏ ਇੱਕ ਵਾਰ ਉੱਥੇ ਕਹਿੰਦੇ ਵੀ ਜੇ ਕਿਸੇ ਨੂੰ ਇਹ ਕਹਿਦੀ ਨਾ ਜੋਧਪੁਰ ਤੋਂ ਬਿਕਨੇਰ ਕਰ ਦਾਂਗੇ ਉਹ ਹੱਥ ਜੋੜ ਲੈਂਦਾ ਉਹ ਕਹਿੰਦਾ 400 300 ਕਿਲੋਮੀਟਰ ਮੇਰੀ ਟ੍ਰਾਂਸਫਰ ਕਰਤੀ ਮੈਂ ਕਿੱਥੇ ਜਾਊਂਗਾ ਤਾਂ ਇਹ ਸਟੇਟ ਦੇ ਵਿੱਚ ਹੁੰਦਾ ਹੁ ਅਸੀਂ ਇਵ ਟੀਜ਼ਿੰਗ ਹੋ ਗਈ ਅਸੀਂ ਆਪ ਦੇਖਦੇ ਆਂ ਵੀ ਕੁੜੀਆਂ ਮਤਲਬ ਪ੍ਰੋਬਲਮ ਇਵ ਟੀਜ਼ਿੰਗ ਦੀ ਕਿਵੇਂ ਆਉਂਦੀ ਹੈ ਉਹੀ ਉੱਥੇ ਸ਼ੁਰੂ ਹੁੰਦੀ ਹੈ ਮੁੰਡਿਆਂ ਨੂੰ ਸ਼ਾਇਦ ਗਾਈਡੈਂਸ ਨਹੀਂ ਹੈ ਪ੍ਰੋਬਲਮ ਕੀ ਹੈ ਸਾਨੂੰ ਜੇ ਆਪਾਂ ਜੇ ਆਪਣੀਆਂ ਭੈਣਾਂ ਨੂੰ ਜਿਸ ਨਜ਼ਰ ਨਾਲ ਦੇਖਦੇ ਆਂ ਕਿ ਆਪਾਂ ਬਾਹਰ ਕੁੜੀਆਂ ਨੂੰ ਉਸ ਨਜ਼ਰ ਨਾਲ ਦੇਖਦੇ ਆਂ ਨਹੀਂ ਨਹੀਂ ਦੇਖਦੇ ਅਸੀਂ ਕਿ ਕਿਸੇ ਨੂੰ ਅਪਰੋਚ ਕਰੋ ਸਿੱਧੀ ਗੱਲ ਅੱਜ ਦਾ ਟਾਈਮ ਹੈ ਕਿ ਤੁਸੀਂ ਕਿਸੇ ਨੂੰ ਪਸੰਦ ਕਰ ਸਕਦੇ ਹੋ ਕਿਸੇ ਨੂੰ ਪਿਆਰ ਕਰ ਸਕਦੇ ਹੋ ਲਾਈਕ ਕਰ ਸਕਦੇ ਹੋ ਅਪਰੋਚ ਕਰੋ ਜਾ ਕੇ ਗੱਲ ਕਰੋ ਤਰੀਕੇ ਨਾਲ ਗੱਲ ਕਰ ਲਓ ਮੈਂ ਬੜੀ ਕੁੜੀਆਂ ਸਾਡੇ ਨਾਲ ਬੜੀ ਕੁੜੀਆਂ ਪੜਦੀ ਵੀ ਸੀਗੀਆਂ ਅਸੀਂ ਉਹਨਾਂ ਨੂੰ ਪੁੱਛਿਆ ਗੱਲ ਵੀ ਹੁੰਦੀ ਸੀ ਜਦੋਂ ਪਰ ਤੁਸੀਂ ਵੀ ਆਸ਼ਕੀ ਕੀਤੀ ਬਈ ਨਹੀਂ ਨਹੀਂ ਆਸ਼ਕੀ ਕੀਤੀ ਵੀ ਪਤਾ ਹੈ ਆਸ਼ਕੀ ਦਾ ਕੀ ਚੱਕਰ ਸੀਗਾ ਪੋਲਿਟਿਸ਼ਨ ਕਰਦੇ ਨੇ ਆਸ਼ਕੀ ਪੋਲਿਟਿਸ਼ਨ ਲੁਕਮਾ ਕਰਦੇ ਆਸ਼ਕੀ ਸਾਡੀ ਤਾਂ ਜ਼ਿੰਮੇਵਾਰੀਆਂ ਪਹਿਲਾਂ ਪੈ ਗਈਆਂ ਉਮਰ ਤੋਂ ਪਹਿਲਾਂ ਤਾਂ ਉਮਰ ਉਮਰ ਤੋਂ ਜ਼ਿਆਦਾ ਸਿਆਣੀ ਕਹਿੰਦੇ ਨੇ ਲੋਕ ਕਹਿੰਦੇ 18 ਸਾਲ ਦੇ ਟੂ ਯੰਗ ਤਾਂ ਬੱਸ ਐਸੀ ਸੀ ਉਧਰ kia ਕੁੜੀਆਂ ਆਪ ਕਹਿੰਦੀਆਂ ਹੁੰਦੀਆਂ ਵੀ ਜੇ ਕਹਿੰਦੀ ਅਪਰੋਚ ਕਰੋ ਕਿਸੇ ਨੂੰ ਜੋ ਤੁਸੀਂ ਪਸੰਦ ਕਰਦੇ ਹੋ ਡੀਸੈਂਟਲੀ ਜਾ ਕੇ ਗੱਲ ਕਰੋ ਜੇ ਕੁੜੀ ਨੇ ਮਨਾ ਕਰਤਾ ਪਿੱਛੇ ਹਟ ਜਾਓ ਤੁਸੀਂ ਮਗਰ 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 ਪਿੱਛੇ ਪੈ ਗਏ ੱੱੱਕਾ ਕਰੀ ਜਾਂਦੇ ਹੋ ਐਵੇਂ ਦੇ ਚਿਰ ਕਰ ਇੱਕ ਦਿਨ ਕੇ ਕੋਈ ਇਸੀਡੈਂਟ ਦੱਸਦਾ ਸੀ ਕਹਿੰਦਾ ਬੁੱਲਟ ਤੇ ਮੁੰਡਾ ਗੇੜੀ ਮਾਰ ਰਿਹਾ ਸੀ ਕੁੜੀ ਨੂੰ ਕਹਿੰਦਾ ਕਰਨੀ ਐ ਉਹ ਨਹੀਂ ਉਹ ਕਹਿੰਦੇ ਕੁੜੀ ਕਹਿੰਦੀ ਨਾ ਫੇਰ ਅੱਗੇ ਜਾ ਕੇ ਕਰਨੀ ਐ ਵੀ ਹਾਂ ਨਾ ਕਰਨੀ ਐ ਤੂੰ ਮੈਸਤਰੀ ਦਾ ਰਿਲੇਸ਼ਨ ਬਣਾਣਾ ਆਪਾਂ ਵੀ ਆਪਾਂ ਕਹਿੰਦੇ ਪੰਜਾਬੀ ਚ ਗੱਲ ਕਰ ਲੈਂਦੇ ਤਾਂ ਕੁੜੀਆਂ ਦੀ ਵੀ ਫ੍ਰੀडम ਐ ਮੁੰਡਿਆਂ ਨੂੰ ਫ੍ਰੀडम ਉਹ ਮੁੰਡਿਆਂ ਨੂੰ ਦੱਸਣਾ ਚਾਹੀਦਾ ਵੀ ਕਿਸੇ ਨੂੰ ਅਸੀਂ ਫੋਰਸ ਨਹੀਂ ਕਰਨਾ ਕੋਈ ਛੇੜਨਾ ਨਹੀਂ ਐ ਕਮੈਂਟ ਨਹੀਂ ਕਰਨਾ ਕਿਦੇ ਅੱਗੇ ਪਿੱਛੇ ਜੇ ਗੱਡੀ ਲਾ ਕੇ ਵੀ ਤੁਸੀਂ ਗੇੜੀ ਮਾਰਦੇ ਹੋ ਗੇੜੀ ਕਲਚਰ ਤਾਂ ਬਹੁਤ ਵਧੀਆ ਹੈ ਬਟ ਇਹ ਵੀ ਕਿਤੇ ਨਾ ਕਿਤੇ ਕਿਸੇ ਕੁੜੀ ਨੂੰ ਇਨਸਿਕਿਉਰ ਫੀਲ ਕਰਵਾਂਦਾ ਹੈ ਉਹ ਵਿਚਾਰੀ ਘਰੋਂ ਨਿਕਲੀ ਹੋਵੇ ਉਹਦਾ ਮਾਹੌਲ ਘਰੇ ਵੀ ਡਰਦਾ ਹੋਵੇ ਉਹ ਤਾਂ ਡਰ ਜੂਗੀ ਨਾਲੇ ਕੀ ਹੈ ਘਰੇ ਜੇ ਗੱਲ ਚਲੀ ਗਈ ਕੁੜੀ ਦੇ ਇਹ ਖੋਇਆ ਯੂਨੀਵਰਸਿਟੀ ਬੜਾ ਇਨਸੀਡੈਂਟ ਹੁੰਦਾ ਹੈ ਯੂਪੀਜ਼ਿੰਗ ਦਾ ਬੜੇ ਅਸੀਂ ਇਸ ਪ੍ਰੋਟੈਸਟ ਵੀ ਕੀਤੀ ਹੈ ਕੁੜੀ ਦੇ ਘਰੇ ਗੱਲ ਚਲ ਗਈ ਕੁੜੀ ਨੂੰ ਤਾਂ ਵਿਆਹ ਦੇਣਗੇ ਆਪਾਂ ਪੜਨੋਂ ਹਟਾ ਲਾ ਪੰਜਾਬ ਚ ਕੀ ਹੁੰਦਾ ਹੈ ਵੀ ਚਲੋ ਜੀ ਤੂੰ ਹੀ ਕੋਈ ਗਲਤ ਕਰੇ ਗੱਲ ਜਾਵੜੀ ਵੀ ਕੁੜੀ ਕੋਈ ਮੈਟਰ ਹੋ ਗਿਆ ਉੱਥੇ ਵਿਆਹ ਦੇਣ ਕੇ ਲਈ ਆ ਤੂੰ ਆ ਜਾ ਤੂੰ ਹੀ ਕੁਝ ਗੱਲ ਕੀਤੀ ਹੋਣੀ ਤੂੰ ਛੇੜਿਆ ਹੋਣਾ ਤੂੰ ਤੂੰ ਹੀ ਗੱਲ ਕਰ ਰਹੀ ਹੋਣੀ ਤੇਰਾ ਇੰਟਰਸਟ ਹੋਣਾ ਤੇਰਾ ਦੋਸਤ ਹੋਣਾ ਹੁਣ ਕੀ ਹੈ ਹੁਣ ਕੰਪਲੇਂਟ ਕਰਦੀ ਹੈ ਪੁਲਿਸ ਸਟੇਸ਼ਨ ਕੰਪਲੇਂਟ ਕਰੋ ਪੁਲਸ ਵਾਲੇ ਬੁਲਾਣਗੇ ਵੀ ਤੁਸੀਂ ਆਪ ਆਪਣੇ ਵੱਲੋਂ ਕੰਪਲੇਂਟ ਫਾਈਲ ਕਰੋ ਪਹਿਲਾਂ ਤਾਂ ਬੰਦੇ ਪੁਲਿਸ ਦਾ ਨਾਮ ਸੁਣ ਕੇ ਉਹ ਡਰ ਜਾਂਦੇ ਆ ਆਮ ਘਰ ਦਾ ਇੱਕ ਨੋਰਮਲ ਘਰ ਦਾ ਬੰਦਾ ਕਹਿੰਦਾ ਪੁਲਿਸ ਦੀ ਪੁਲਿਸ ਦੇ ਨਾਲ ਨਾ ਨਾ ਤੇ ਕੁੜੀ ਨੂੰ ਜੇ ਕਹਿ ਦਈਏ ਪੁਲਿਸ ਸਟੇਸ਼ਨ ਆ ਕੇ ਰਿਪੋਰਟ ਲਿਖਾਣੀ ਹੈ ਬਹੁਤ ਔਖਾ ਤਾਂ ਇਹ ਕਿਤੇ ਨਾ ਕਿਤੇ ਅੱਜ ਵੇਖਦੇ ਆਂ ਵੀ ਮੁੰਡਿਆਂ ਨੂੰ ਸਮਝਣਾ ਪੈਣਾ ਵੀ ਇਹ ਇਹ ਨਹੀਂ ਹੈ ਐਵੇਂ ਨਹੀਂ ਹੋਣਾ ਚਾਹੀਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਇਹਦੇ ਕਨਸੀਕਵੈਂਸਿਸ ਬਹੁਤ ਜ਼ਿਆਦਾ ਹੁੰਦੇ ਈਵ ਟੀਜ਼ਿੰਗ ਵੱਧ ਰਹੀ ਹੈ ਰੇਪ ਕੀ ਹੁੰਦੇ ਰੇਪ ਤਾਂ ਕਰਕੇ ਹੁੰਦੇ ਆ